सब तो पहला सारे वीरां नूं मेरे वालों सत श्री अकाल। अज असीं पुज्जां जी शेखूपुरा पिंड जिला करनाल। करनाल भी इत्थों 10-12 किलोमीटर रह जांदा जी। अज दा वीडियो बनाउण दा जिहड़ा मेन मकसद है भरावां दा प्रबंध जिहड़ा असीं देखिआ हरियाणे दे विच, क्योंकि आपां पंजाब दे विच मोस्टली देखदे हां वी बढ़िया कप हुंदे ने, काली बाई तां पता हुण। ਹਾਂਜੀ ਹਾਂਜੀ। ਪਰ ਹਰਿਆਣੇ ਦੇ ਵਿੱਚ ਜਿਹੜਾ ਬੰਦਿਆਂ ਨੇ ਪ੍ਰਬੰਧ ਕੀਤਾ ਹੋਇਆ ਦੇਖ ਕੇ ਦਿਲ ਖੁਸ਼ ਹੋ ਗਿਆ ਕਿ ਅੱਜ ਆਪਾਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ। ਕਾਲਾ ਬੀਰੋਕੇ ਵਾਲਾ ਆਇਆ ਹੋਇਆ ਅੱਜ, ਜੱਸੇ ਪਾਈ ਹੁਣਾਂ ਦਾ ਜਿਹੜਾ ਲਾਈਵ ਹੋਵੇਗਾ, ਠੀਕ ਹੈ। ਅਤੇ ਇੱਥੇ ਪੂਰੀ ਅੱਗ ਨਿਕਲਣੀ। ਉਸ ਤੋਂ ਵੱਡੀ ਗੱਲ ਆਪਾਂ ਜਿਹੜੀ ਕਾਲੇ ਬਾਈ ਕਰ ਰਹੇ ਹਾਂ ਨਾ, ਉਹ ਸਪੈਸ਼ਲ ਆਪਾਂ ਗਰਾਊਂਡ ਦੀ ਕਰ ਰਹੇ ਹਾਂ ਜੀ, ਹੈ ਨਾ, ਜਿਹੋ ਜਿਹਾ ਪ੍ਰਬੰਧ ਕੀਤਾ ਹੋਇਆ। ਸੋ ਆਪਾਂ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਗਰਾਊਂਡ ਦੇ ਵਿੱਚ ਇੰਟਰੋ ਜੀਏ। ਲਓ ਬਾਈ, ਸਾਡਾ ਫਸਟ ਬਲੌਂਗ ਹੋਊਗਾ ਇਹ, ਅਸੀਂ ਹੁਣ ਬਲੌਂਗ ਪਾਇਆ ਕਰਾਂਗੇ। ਮੈਂ ਅਤੇ ਜੱਗੀ ਬਾਈ ਮੂਸੇ ਖੇੜਾ ਦਾ ਕਮੈਂਟੇਟਰ, ਅਤੇ ਮੈਂ ਤੁਹਾਡਾ ਆਪਣਾ ਕਾਲਾ ਵੀਰੋ ਕੇ। ਅਤੇ ਅੱਜ ਅਸੀਂ ਬਲੌਂਗ ਬਣਾ ਰਹੇ ਆ ਰਿਹਾ ਫਸਟ ਸ਼ੇਖੂਪੁਰਾ ਪਿੰਡ ਆ, ਜਿਹਦੇ ਕਰਨਾਲ ਦਾ ਚੁੱਟਲੇ ਦੇ ਲਾਗੇ ਵਸਿਆ ਹੋਇਆ ਪਿੰਡ ਹੈ। ਆਹ ਸਾਡੀ ਗਰਾਊਂਡ ਦੇ ਵਿੱਚ ਐਂਟਰੀ ਹੋ ਗਈ ਹੁਣ, ਅਤੇ ਇਹ ਦੇਖ ਸਕਦੇ ਤੁਸੀਂ ਗਰਾਊਂਡ। ਅਤੇ ਹੁਣ ਤੁਹਾਨੂੰ ਸਾਰਾ ਕੁਝ ਦਿਖਾਉਣਾ ਪ੍ਰਬੰਧ। ਬਹੁਤ ਹੀ ਨੈਸ ਟੂਰਨਾਮੈਂਟ ਆ, 21,000 ਰੁਪਇਆ ਪਹਿਲਾਂ ਨੇ ਆਵਾਂ, ਅਤੇ ਟੂਰਨਾਮੈਂਟ ਦੇ ਪ੍ਰਬੰਧ ਦੇਖ ਕੇ ਦੂਜਾ 11 ਹਾਂ ਲੱਖ ਰੁਪਇਆ ਵੀ ਪਿੱਛੇ ਰਹਿੰਦਾ ਟੂਰਨਾਮੈਂਟ ਦੇ ਪ੍ਰਬੰਧ। ਤੁਹਾਨੂੰ ਦਿਖਾਉਣੇ ਆਪਾਂ ਸਾਰੇ ਆਹ ਬਾਈ ਦੇਖ ਸਕਦੇ ਹੋ ਤੁਸੀਂ ਯੂਟਿਊਬ ਦੇ ਉੱਤੇ ਲਾਈਵ ਹੋਵੇ। 3 ਕੈਮਰੇ ਲੱਗਣਗੇ ਅੱਜ। ਆਹ ਬਾਈ ਇੱਧਰ ਮੰਡਲ ਮੰਡੀ ਬੈਠੀ ਹੈ, ਆਹ ਦੋਪੀ ਬੈਠਾ ਹੈ, ਆਹ ਦੋਪੀ ਬਾਈ ਬੈਠਾ ਬਾਈ ਸਮੈਲਾ ਬਾਦ ਵਾਲਾ, ਜਿਹਨੇ ਲੱਖ ਟੂਰਨਾਮੈਂਟ ਕਰਾਇਆ ਸੀਗਾ। ਕਿਹੜੀ ਟੀਮ ਲੈ ਕੇ ਸਪੋਂਸਰ ਕੀਤੇ ਦੋਪੀ ਬਾਈ ਅੱਜ? ਅੱਛਾ, ਆਪਣੀ ਟੀਮ ਇਹਨਾਂ ਨਾਲ ਆਇਆ ਬਾਈਆਂ ਨਾਲ। ਕਿਹੜੀ ਟੀਮ ਆ ਬਾਈ ਇਹਨਾਂ ਦੀ? ਪਹਿਲਾਂ ਮੈਚ ਹੀ ਆਪਣਾ, ਇੱਧਰ ਵੇਖ ਸਕਦੇ ਹੋ ਆਹ ਗਰਾਊਂਡ ਆ ਬਾਈ, ਇੱਧਰਲੇ ਪਾਸੇ ਗਰਾਊਂਡ ਬਹੁਤ ਸੋਹਣਾ ਬਾਈ। ਅਤੇ ਪ੍ਰਬੰਧ ਤੁਹਾਨੂੰ ਦਿਖਾਉਂਦੇ ਹਾਂ। ਆਹ ਤਾਂ ਪਾਣੀ ਦਾ ਜਗਾੜ ਮਿੰਟ ਆ ਗਿਆ ਬਾਈ ਇੱਧਰ, ਅਤੇ ਰੂਹ ਖੁਸ਼ ਹੁੰਦੀ ਆ ਟੂਰਨਾਮੈਂਟ ਦੇਖ ਕੇ। ਹਰਿਆਣੇ ਦੇ ਵਿੱਚ ਮੰਨ ਲਾ ਜਿਹੜਾ ਇਹ ਪਿੰਡ ਆ ਨਾ ਬਾਈ, ਇਹ ਪੰਜਾਬੀਆਂ ਦਾ ਪਿੰਡ ਆ ਪਿਓਰ, ਕਰਨਾਲ ਜ਼ਿਲ੍ਹੇ ਦੀ ਗੱਲ ਹੈ। ਅਤੇ ਹੁਣ ਤੁਹਾਨੂੰ ਮੈਂ ਲਿਜਾਉਣਾ ਬਾਈ ਲੰਗਰ ਹਾਲ ਦੇ ਵਿੱਚ, ਅਤੇ ਹੁਣ ਤੁਹਾਨੂੰ ਦਵਾਈ ਨਾਲ ਜਾਣ ਪਛਾਣ ਕਰਦੇ ਹਾਂ। ਬਾਈ ਜੀ ਕੀ ਬਣਾ ਰਹੇ ਹੋ? ਕੜੀ ਬਣਾਓਗੇ ਅਤੇ ਨਾਲ ਚੌਲ ਬਣਾਓਗੇ, ਅਤੇ ਹੋਰ ਕੋਲਡ ਕੌਫੀ ਚੱਲੂਗੀ? ਹਾਂ ਬਾਈ ਕਹਿੰਦਾ ਕੋਲਡ ਕੌਫੀ ਚੱਲੂਗੀ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਆਹ ਕੌਫੀ ਵਾਲਾ ਜਗਾੜ ਮਿੰਟ ਧਰਾ ਦਿੱਤਾ। ਅਤੇ ਸਾਡਾ ਬਲੌਂਗ ਬਣਾਉਣ ਦਾ ਹੀ ਮਕਸਦ, ਸਾਨੂੰ ਟੂਰਨਾਮੈਂਟ ਬਹੁਤ ਚੰਗਾ ਲੱਗਿਆ ਇਹ। ਅਤੇ ਬੇਸ਼ੱਕ ਪ੍ਰਾਈਜ਼ 21,000 ਆ, ਪਰ 2,00,000 ਵਾਲੇ ਲੱਖ ਵਾਲੇ ਟੂਰਨਾਮੈਂਟ ਨੂੰ ਫੇਅਰ ਕਰ ਰਹੇ ਹਾਂ। ਦੇਖ ਸਕਦੇ ਤੁਸੀਂ ਇੱਧਰ ਆਹਾ ਖਾਣ ਪੀਣ ਵਾਲਾ ਜਗਾੜ ਮਿੰਟ ਆ ਗਿਆ ਇੱਧਰ। ਅਤੇ ਆ ਗਿਆ ਬਾਈ ਕੜੀ ਬਣਾਉਣ ਗਿਆ ਅੱਜ, ਦੇਖ ਸਕਦੇ ਤੁਸੀਂ। ਆਓ ਜੀ ਹੁਣ ਭੁੱਲ ਟਰਾਫੀ ਬੱਬ ਵਾਲੇ ਭਰਾ ਦੇ ਕੱਪ ਤਿਆਰ ਕੀਤੇ ਬਾਈ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ। ਭੁੱਲ ਟਰਾਫੀ ਦੇ ਨੇ ਦੇਖ ਪਿੱਛੇ ਹੱਬ ਲੱਗ ਟੈਕ ਲੱਗਿਆ ਹੈ ਸਾਈ ਕਲੱਬ। ਜੱਗੀ ਕਿੱਦਾਂ ਲੱਗਦਾ ਬਾਈ ਮਹਿਸੂਸ ਹੋ ਰਿਹਾ? ਪ੍ਰਬੰਧ ਵੀ ਸਾਨੂੰ ਵਿਖਾਇਆ ਜੀ, ਕੱਪ ਦਾ ਸਿਸਟਮ ਬੰਦੇ ਦੀ ਮਤਲਬ ਦੇਖ ਕੇ ਰੂਹ ਖੁਸ਼ ਹੁੰਦੀ ਹੈ ਨਾ। ਦੇਖੋ ਬਾਈ ਆਪਣੇ ਪੰਜਾਬ ਦੇ ਵਿੱਚ ਲਗਭਗ ਕੁਰਸੀਆਂ ਬਹੁਤ ਘੱਟ, ਦੇਖੋ ਜੀ 300 ਤੱਕ ਕੁਰਸੀ ਲੱਗੀ ਪਈ ਹੋਣੀ। ਤੇ ਹੁਣ ਆਪਾਂ ਸਾਊਂਡ ਦਾ ਜਗਾੜ ਮਿੰਟ ਲਾਉਣਾ, ਹੁਣ ਤੁਹਾਨੂੰ ਲਾਈਵ ਵਾਲਾ ਜਗਾੜ ਮਿੰਟ ਲਾਉਣਾ। 4 ਕੈਮਰੇ ਲਾਈਵ ਤੇ ਚੱਲਣਗੇ ਬਾਈ, ਆਹ ਲਾਈਵ ਵਾਲਾ ਵੀਰਾਂ ਦਾ ਤੇ ਬਜ਼ੁਰਗਾਂ ਦਾ ਦੇਖ ਸਕਦੇ ਹੋ। ਕਿਆ ਕੈਮਰਾ ਤੇ ਲਾਈਵ ਵਿੱਚ ਪਹੁੰਚੇ? ਕਿਆ ਕੈਮਰਾ ਤੇ ਲਾਈਵ ਹੋ ਰਿਹਾ ਬਾਈ? ਹੋਰ ਵੀ ਲਾਈਵ ਟੂਰਨਾਮੈਂਟ ਕਿਹੜੀ ਆਈ ਤੇ ਹੋ ਰਿਹਾ? ਬੱਚਿਆਂ ਦਾ ਜਿਹੜੇ ਹਰਿਆਣਾ ਸਪੋਰਟਸ ਲਾਈਵ ਆ, ਜੱਸਾ ਭਾਈ ਵਾਲਾ ਲਾਈਵ ਕਰ ਰਿਹਾ ਬਾਈ, ਤੇ ਪਹਿਲੀ ਵਾਰ ਜਾਂਦੀਆਂ ਨੇ ਗਰਾਊਂਡ ਤੋਂ ਤੇ ਯੂਟਿਊਬ ਦੇ ਉੱਤੇ ਲਾਈਵ ਕਰੂਗਾ ਅੱਜ ਪਹਿਲੀ ਵਾਰ। ਬਹੁਤ ਬਹੁਤ ਧੰਨਵਾਦ ਛੋਟਿਆਂ ਦਾ ਵੀ, ਹੁਣ ਤੁਹਾਨੂੰ ਮਿਲਾਉਣ ਜਾ ਰਹੇ ਸੀ ਤੇ ਮੈਂ ਜਲਦ ਤੋਂ ਜਲਦ ਸਟਾਰਟ ਕਰਾਂਗਾ ਲਾਈਵ ਵਾਲੇ ਬਾਈ ਦੇ ਨਾਲ। ਬਾਈ ਕਿਹੜੀ ਆਈਡੀ ਤੇ ਲਾਈਵ ਹੋ ਰਿਹਾ ਅੱਜ? ਅੱਜ ਬਾਈ ਹਰਿਆਣਾ ਸਪੋਰਟਸ ਲਾਈਵ ਦਾ ਲਾਈਵ। ਅੱਛਾ, ਤੇ ਬਾਈ ਯੂਟਿਊਬ ਦੇ ਉੱਤੇ ਕਿੰਨੇ ਕੈਮਰੇ ਲਾ ਰਹੇ ਹੋ? ਜੱਸੇ ਨੇ 3 ਕੈਮਰੇ ਲਾ ਰਹੇ ਹਾਂ। 3 ਕੈਮਰੇ ਲਾ ਰਿਹਾ ਜੱਸੇ ਜੀ, ਜੱਸਾ ਆ ਗਿਆ ਬਾਈ ਭਾਈ ਵਾਲਾ। ਜੱਸੇ ਬਾਈ ਮੁਬਾਰਕਬਾਦ ਆ, ਪਹਿਲਾਂ ਤਾਂ ਬੈਸਟ ਆਫ ਲੱਕ ਆ ਯੂਟਿਊਬ ਦੇ ਉੱਤੇ ਤੁਸੀਂ ਅੱਜ
टूरनामेंट जो लाइव कर रहे हो तो सारे वीर बेनती भी बाई का चैनल जो जरूर सबसक्राइब करो। साडा बलोंग बुलाउण दा यही मकसद है, तुम दिखाउणा प्रबंध देख ही लिया, बाकी तुसीं हुण एंड तक असीं पावांगे वीडियो जदों तक फाइनल नहीं हुंदा ते सैमी दे फाइनल मैच दो ही मैच होणगे। बाकी जस्से भाई क्या कैमरे लग रहे अज? अच्छा फोटो भी खिंचोगे ते अज आऊ नज़ारा फिर मैं बोला बाकी बंसे वाले भरा है वो कहते आप भी यह प्रबंध कर आप बंसे वाले भाई बैठे हाँ भाई जी तुसी बलोंग दे विच आ गए ते किदां लग रहा टूरनामेंट भाई जी? बड़ा वधिया लग रहा है, आपां वी सोच रहे हैं भी आपां वी फाइनल दिन तीन कैमरे करिए कमेंट्री करिए वधिया ते पंजे दिन कमेंट्री चलेगी बंसा क्रिकेट टूरनामेंट ते 50,000 21,000 नाम है 2,000 रुपया एंट्री है 25-29 तरीक तक टूरनामेंट चलेगा जो भी NRI वीरा करके चलेगा। यह टूरनामेंट भी बहुत चंगा रहा, दिल खुश हो गया साडा भी पहली बार एरिए दे विच ऐसे तो दो गुना ज्यादा ही होएगा इधर आप देख सकते भाई अज गारमेंट लगे सारा इधर स्कोर बोर्ड वाला हूँ आप सुन लिया कमेंट्री बॉक्स के इधर बाई देखो बई हूँ लैके जाना सुन चलूगा आ देख लो बई फेसबुक लाइव चलू बक्से लगे है इधर वेख सकते हो साउंड भी बहुत वधिया लग्या होया ते पूरा बंब टूरनामेंट आ बई हरियाणे का ते शेखूपुरा है ना बई शेखूपुरा बई कि लग रहा टूरनामेंट सानू बहुत वधिया लग्या टूरनामेंट बहुत बहुत धन्यवाद वीरो तुसी भी साडे विच पहुंचे हो अज तुहाडा नंबर है तुसी खाड़ा लाउणा है असीं तां ला बैठे आ बाकी आ साउंड देख सकते साउंड का प्रबंध बहुत वधिया ते ग्राउंड का तुसी फिलहाल देख ही लिया उधर लंगर का ही दिखाता ते हुण असीं भाई एंड तक सारा बलोंग पावांगे ते हुण ते आपां जदों मैच स्टार्ट होगे उदू बाद पावांगे थोड़ी वीडियो बाकी एंड तक ਗੱਲਾਂ ਬਾਤਾਂ ਹੋਣਗੀਆਂ ਮਾਨਸਾ ਕ੍ਰਿਕਟ ਫੇਵਰ ਦੇ ਉੱਤੇ ਅੱਜ ਮੇਲਾ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਹਰਿਆਣੇ ਦੀ ਧਰਤੀ ਹੈ ਕਹਿੰਦੇ ਆਓ ਲੱਗੀ ਹੋਈ ਰੌਣਕਾਂ ਹੈ ਆਓ ਸਾਹਮਣੇ ਅਗਲਾ ਪ੍ਰੇਰ ਆਓ ਜੀ ਬਾਲ ਪਾਉਂਦੇ ਨੇ ਆਓ ਜਲਦੀ ਤੋਂ ਪਹਿਲਾਂ ਸੋਚਣ ਦਾ ਟਾਈਮ ਨਹੀਂ ਕਿਉਂਕਿ ਜਦੋਂ ਯੁੱਧ ਲੜਿਆ ਤੇ ਅੱਜ ਕਹਿੰਦੇ ਧਰਤੀ ਵੀ ਕੁਰਸ਼ੇਤਰ ਜ਼ਿਲ੍ਹੇ ਦੀ ਆ ਮੇਰੇ ਵੀਰੋ ਜਿੱਥੋਂ ਦਾ ਇਤਿਹਾਸ ਵੱਡਾ ਹੈ ਕਦੇ ਗੱਲਾਂ ਚੱਲਦੀਆਂ ਕੌਰਵਾਂ ਦੀਆਂ ਕਦੇ ਪਾਂਡਵਾਂ ਦੀਆਂ ਗੱਲਾਂ ਚੱਲਦੀਆਂ ਕਦੇ ਕ੍ਰਿਸ਼ਨ ਮਹਾਰਾਜ ਦੀਆਂ ਗੱਲਾਂ ਚੱਲਦੀਆਂ ਮੇਰੇ ਵੀਰੋ ਇਹ ਕਹਿੰਦੇ ਗੁਰੂਆਂ ਦੀ ਧਰਤੀ ਹੈ ਪਰ ਇਸ ਨਗਰ ਦੇ ਉੱਤੇ ਕਹਿੰਦੇ ਬਾਬਾ ਮੁਨਸ਼ੀ ਜੀ ਦੀ ਵੱਡੀ ਮਿਹਰ ਆ ਮੇਰੇ ਵੀਰ ਆਓ ਕਹਿੰਦੇ ਵੱਡੀ ਮਿਹਰ ਆ ਕਹਿੰਦੇ ਬਾਬੇ ਦੀ ਇਹ ਗੱਲਾਂ ਕਹਿੰਦੇ ਚੜਦੀਆਂ ਜ਼ਰੂਰ ਆ ਵੀ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਵੀ ਜਿਹੜੇ ਮੂੰਹ ਚੋਂ ਬਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਆਓ ਕਹਿੰਦੇ ਉਹ ਵਿਰਥੇ ਨਹੀਂ ਜਾਣੇ ਬਾਕੀ ਕਹਿੰਦੇ ਐਣ ਸਾਧੂਆਂ ਦੀ ਨਗਰੀ ਆ ਆਓ ਕਹਿੰਦੇ ਸਾਹਮਣੇ ਕਹਿੰਦੇ ਅਗਲੇ ਵਰ ਦੀ ਸ਼ੁਰੂਆਤ ਆ ਲੈ ਵੀ ਹਰਸੋਲੇ ਵਾਲਿਆ ਆਓ ਦੁਨੀਆ ਕਹਿੰਦੇ ਪੱਪਾਂ ਦੇ ਹੋ ਗਈ ਆ ਵੀ ਆਹ ਓਵਰ ਦੇ ਵਿੱਚ ਆ ਆਓ ਕੁੱਟ ਕੜਾਪਾ ਹੋਣਾ ਚਾਹੀਦਾ ਹੈ। लो जी बाई जी हूँ कॉफ़ी बनाने जा रहा साढ़े लिए लंगर तुसी देख ही सको पहला तो लंगर भी हूँ तैयार है तो लंगर टीम ने भी छक लिया तो कुछ प्लेयर छक रहे हैं तो फाइनल मैच की शुरुआत होने लगी है हरसोला तो फतेहपुर का जोड़ा फाइनल होगा तो लै भी बई बना दे करा कॉफ़ी बच्चे अकमी जी तो जाइए मैच के उत्ते हूँ एक मैच रह गया तो फिर 16 जुलाई में जोड़िया कुश्तियां भी खेडिया जाएगी मेला भी लगेगा ना बई 16 जुलाई लगेगा मेला एक सौन बाबा जी दरगाह के उत्ते हम बाई जी कॉफ़ी बना रहे हैं तो कॉफ़ी पी के होने फिट फिर वेख सकते तुम प्रबंध बहुत वधिया टूरनामेंट बहुत घंटा जी लो जी लो जी बाजी पाओ पाउडर इस पा दो आख लो जी सुन मैं ठंडे दिखा होना आखो जी ड्रम ठंडिया का भरया हुआ किन्ने मर्जी पी सकते हो तो आ बोतल आ गया पानी दया बी इधर भी ठंडे है इधर भी ठंडे भाजी सिरा कम आ भाजी उ टूरनामेंट का आख सकते कॉफी अपनी तैयार है लिया भी हो सैड तेरे
इन्हों के पिंड भी टूरनामेंट हो रहा जी, इन्हों के पिंड टूरनामेंट हो रहा। किन्नी डेट है भाजी? 25-29 तरीक होगी। वधिया टूरनामेंट होगा जी। कॉफी तैयार है भाई जी? लो जी फाइनल की शुरुआत हो गई है। तो फतेहपुर तो हरसोले का मैच फाइनल होगा हुण। कॉफी जी तैयार है भाई? फाइनल मैच समाप्त हो चुके हैं। देख सकते पटाके चला उधर देख सकते बहुत घंट टूर्नामेंट से यार नजायज़ जी। उधर पटाके बज रहे देखो जी, देख सकते फाइनल मैच समाप्त हो चुका है जी। दो फतेहपुर की टीम फास्ट है, सैकेंड रही है कि टीम हरसोले की। तो आ भाई कैमरे वाला थर्ड कैमरा चल रहा है, देख सकते हो। आओ बल्ले 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 बल्ले, आओ बल्ले बल्ले बल्ले, इत्थे रख। बहुत बड़ा टूर्नामेंट होया यार है ना। बहुत चंगा टूर्नामेंट होया भाई हड़ा। तो इन्होंने टीम 32 टीम एंटर करिया, 8 टीमों का पूल सीगा। तो एक टीम रोज़ कढ़दे सी सैमीफाइनल के फाइनल मैच होना, जिससे टाइम नाल निबड़ गया मैच। तो इन्हां दा मैच बहुत चंगा होया, तो मुबारकबाद है दोनों टीमों। तो फाइनल मैच जिहड़ा समाप्त हो चुके आ। तो जस्सा पाई वाला उधर मेरी वीरियो कहिंदे अज्ज फतेहपुर की टीम फर्स्ट आई सैकंड। आ जस्सा लावी, जस्सा कैसे लगे काम? बढ़िया टूर्नामेंट एंड ला दिया ना जमा। आ देखो भाई बहुत चंगा टूर्नामेंट होया भाई हरियाणे दे विच यार। पहली बार मैं इन्ने टूर्नामेंट बोल लिया, पर बहुत घंट टूर्नामेंट कराया भाइयों ने, पैसे बहुत लाए। बेशक 21,000 रुपया प्राइज सी, पर 2-5 लाख वाले टूर्नामेंट फेल करता है। लो जी बहुत बहुत धन्यवाद अपना ये अज का जो ब्लॉग सगा। बाकी जग्गी आ गया भाई, लै भी जग्गी मेरे कहीं घुमा दे कैमरा हूँ, मैनू भी दर्शन कर लें ला भाई यार। बहुत बढ़िया फर्स्ट ब्लॉग आ, तो मानसा क्रिकेट फेवर साडा यूट्यूब चैनल सबसक्राइब जरूर करो। बहुत चंगा टूर्नामेंट होया, इतने टूर्नामेंट हरियाणा बहुत घट हो गया। लगभग लागे पिंड भी बच्चा यार टूर्नामेंट हो रहा, बहुत वधिया हो रहा। तो सारे चैनल सबसक्राइब करो, कमेंट करके दसो भी किदां दा साडा ब्लॉग लग्या। तो असीं जे अगे भी ब्लॉग पावांगे, ते नाल ही टूर्नामेंट बारे विचार दसो भी किदां दा टूर्नामेंट लग्या। ओके, घट्टो घट्ट बाइया ने 3-4 लाख का खर्चा करे होया। बहुत वधिया यार प्रबंध देखण नूं मिले, रूह खुश हुंदी है। आपां पंजाब च देखदे हां भी वधिया टूर्नामेंट हुंदे, पर हरियाणे वाले ने जमा चिब कढ़िया। देखो सिरा होया पे जिन्हों दुनिया सिरा कहती है। काले भाई खुश है? ठीक है जी, बुलाइए फतेह। सबसक्राइब कर दो भाई सारे, जरूर करिए भी।